ਅੱਛਾ ਕਬੂਲ ਫਰਮਾਵੇ। ਸਾਰਾ ਦੁਨੀਆ ਦੇ ਗਮ ਇਤਨਾ ਰਵੇ, ਲੱਖ ਦਫਾ ਲੱਖ ਦਫਾ ਆ ਡੱਬੀਆ ਹਰ ਛੁੱਛੁੜਾ ਜਵਾਨ ਯਾਦ ਧੀ ਜਵਾਖਿਆ ਮੇਰੇ ਬਾਬੇ ਨੂੰ ਛੋੜ ਦੋ, ਮੁਸਲਮਾਨ ਨਾ ਛੋੜ ਦਿੱਤਾ ਹੈ, ਬੜਾ ਦੁੱਖ ਵੇਣ ਕੀਤਾ ਨੇ ਤੇਰੇ ਜੁਮਲੇ ਤੇ ਜਵਾਬ ਵਿੱਚ ਗਲਾਉਂਦਾ ਏਡਾ ਗਰੀਬ ਆਈ ਅਕਬਰ ਦਾ ਬਾਬਾ ਜਿੱਥੇ ਗਾਜ਼ੀ ਛੁੜਾਉਣਾ ਉੱਥੇ ਚੌਂ ਸਾਲਾਂ ਦੀ ਧੀ ਛੁੜਾਏ ਸਦਕੇ ਸਦਕੇ ਜਿੱਥੇ ਆਬਾ ਤਲਵਾਰ ਜਾ ਜਵਾਨ ਛੁੜਾਉਣਾ ਧੀ ਮਿਲਤਾ ਕਰਕੇ ਛੁੜੇ ਵੀ ਰਹੀ ਹੈ ਆਦਾ ਪਿਆ ਹੌਸਲੇ ਨਾਲ। ਗਰਮੀ ਬਹੁਤ ਜ਼ਿਆਦਾ, ਲਗਾਤਾਰ ਕੋਈ ਨਹੀਂ ਰੋ ਸਕਦਾ। ਅਗਰ ਕੋਈ ਲਗਾਤਾਰ ਰੋਣਾ ਹੈ ਤਾਂ ਤੇਰਾ ਅਤੇ ਮੇਰਾ ਰੱਥ ਰੋਣ ਵਾਲਾ ਇਮਾਮ ਰੋਣਾ ਹੈ, ਜਿਹੜਾ 40 ਸਾਲ ਵਾਕਿਆ ਕਰਬਲਾ ਨੂੰ ਪਾਣੀ ਨਹੀਂ ਖੂਨ ਰੋਂਦਾ ਰਿਹਾ। ਮੈਨੂੰ ਗਰਮੀ ਦਾ ਅਹਿਸਾਸ ਹੈ, ਮੈਂ ਲੰਬੀ ਮਜਲਿਸ ਨਹੀਂ ਪੜ੍ਹਨੀ, ਬਸ ਇਤਨਾ ਕੁ ਜ਼ਿਆਦਾ ਲਹਿ ਬੈਠੇ ਅਕਬਰ ਦਾ ਦੱਸਾਂ ਬਾਬਾ ਬਲਵਾਦਾਦਾਰ ਹੈ ਕਰਨ ਵਾਲਾ, ਤੇਰੀ ਨਸਲ ਆਬਾਦ ਹੋਵੇ, ਸਾਲਾ ਤੇਰੀ ਨਸਲ ਦੇ ਵਿੱਚ ਮਜ਼ਲੂਮ ਦਾ ਰੋਣ ਨਸੀਬ ਹੋਵੇ। ਜਿਹੜਾ ਬੰਦਾ ਹਾਏ ਨਹੀਂ ਕਰ ਸਕਿਆ ਸਰ ਜਾ ਕੇ ਜਵਾਬ ਦੇ, ਇਮਾਮ ਸੌਖਾ ਲੱਥਾ ਹੈ, ਬੋਲ ਮੇਰੇ ਨਾਲ। ਮੈਨੂੰ ਮੈਂਬਰ ਦੀ ਕਸਮ ਹੈ, 12ਵਾਂ ਅੱਜ ਵੀ ਪਰਦੇ ਗੈਬਤ ਵਿੱਚ ਖੂਨ ਬੈਠਾ ਰਹਿੰਦਾ, 12ਵਾਂ ਖੂਨ ਰੋ ਕੇ ਆਦਾ, ਮੇਰਾ ਸਲਾਮ ਕਰਬਲਾ ਦੇ ਉਸ ਗਰੀਬ ਲਾ ਦਿੱਤੇ ਜਿਹੜਾ ਜ਼ੀਨੇ ਜ਼ੁਲ ਜਗਾ ਤੋਂ ਮੂੰਹ ਦੇ ਭਾਲ। ਮੈਂ ਸਦਕੇ ਹੋ ਜਾਵਾਂ, ਮੈਂ ਸਦਕੇ ਹੋ ਜਾਵਾਂ। ਜਿਹੜੇ ਕਰਬਲਾ ਦੇ ਜ਼ਾਇਰੋ ਇੱਕ ਵਾਰੀ ਹੱਥ ਚਾਓ, ਹੱਥ ਚਾਓ ਜਿਹੜੇ ਕਰਬਲਾ ਦੇ ਜ਼ਾਇਰੋ। ਮੈਂ ਝੋਲੀ ਚਾਹ ਕੇ ਦੁਆ ਪਿਆ ਕਰਿਆ, ਥੋੜ੍ਹੇ ਹੱਥ ਉੱਠੇ ਨਾ, ਚਲੋ ਮੇਰਾ ਦੁਆ ਕਰਨਾ ਮੇਰਾ ਹੱਕ ਬਣਦਾ। ਮੈਂ ਝੋਲੀ ਚਾਹ ਕੇ ਦੁਆ ਪਿਆ ਕਰੇ ਨਾ, ਮਾਲਿਕ ਤੁਹਾਨੂੰ ਇਤਨਾ ਰਿਸਕ ਦੇਵੇ, ਮਾਲਿਕ ਕਿਸੇ ਸਾਲ ਤੁਹਾਨੂੰ ਕਰਬਲਾ ਲੈ ਜਾਵੇ, ਮਾਲਿਕ ਤੁਹਾਨੂੰ ਚਾਵਨ ਵਿਖਾਵੇ ਜਿੱਥੇ ਬਿਰਾ ਕੁਸਦਾ ਰਿਹਾ ਤੇ ਭੈਣ ਮਿੰਨਤਾਂ ਕਰੀਂਦੀ ਰਹੀ, ਜਿੱਥੇ ਬਿਰਾ ਕੁਸਦਾ ਰਿਹਾ ਤੇ ਧੀ ਕਾਤਲ ਦੀਆਂ ਮਿੰਨਤਾਂ ਕਰੀਂਦੀ ਰਹੀ। ਜਿੱਥੇ ਇਮਾਮ ਮੂੰਹ ਦੇ ਬਾਹਰ ਖੜੇ ਨੇ ਉੱਥੇ ਮਕਾਮੇ ਇਮਾਮੇ ਜ਼ਮਾਨ ਅਲੈਹਿ ਸਲਾਮ ਹੈ। ਇਮਰਾਨ ਸ਼ਾਹ ਜੀ ਜਦੋਂ ਮੈਂ 2018 ਦੇ ਵਿੱਚ ਕਰਬਲਾ ਗਿਆ ਨਾ, ਅੱਲਾ ਸਿਹਤ ਵਾਲੀ ਜ਼ਿੰਦਗੀ ਦੇਵੇ ਬਾਬਾ ਜ਼ੁਰੀਅਤ ਇਮਰਾਨ ਸ਼ਾਹ ਜੀ ਹੋਰ ਨਾਲ, ਅਸਾਂ ਉਹਨਾਂ ਦੇ ਕਾਫਲੇ 'ਚ ਗਏ, 450 ਅਜ਼ਾਦਾਰ ਅਤੇ ਮਾਤਮੀ ਦਾ ਕਾਫਲਾ ਆਈ। ਜਦੋਂ ਅਸਾਂ ਉਸ ਮਕਾਮ 'ਤੇ ਪਹੁੰਚੇ, ਮੇਰੇ ਉਸਤਾਦ ਮੋਹਤਰਮ ਬਾਬਾ ਸੈਯਦ ਮੁਸ਼ਤਾਕ ਹੁਸੈਨ ਸ਼ਾਹ ਜੰਗ ਵਾਲੇ ਮੈਨੂੰ ਆਖਣ ਲੱਗੇ, ਮੇਰਾ ਪੁੱਤਰ ਇੱਥੇ ਇਮਾਮ ਲੜਦੇ ਲੜਦੇ ਮੂੰਹ ਦੇ ਬਾਹਰ ਖੜੇ। ਜਿਹੜਾ ਬੰਦਾ ਪਹਿਲੀ ਵਾਰ ਜਾਵੇ ਫਿਰ ਉਹ ਮੰਦਰ ਸਾਹਮਣੇ ਆ ਜਾਵੇ, ਕੋਈ ਮੂੰਹ ਦਾ ਪੁਰਸਾ ਦਿੰਦਾ ਹੈ, ਕੋਈ ਦੀਵਾਰਾਂ ਨਾਲ ਟੱਕਰਾਂ ਮਰਿੰਦਾ ਹੈ। 450 ਮਾਤਮੀਆਂ ਦਾ ਕਾਫਲਾ ਕਿਸੇ ਦੀਵਾਰ ਨਾਲ ਟੱਕਰਾਂ ਮਾਰੀਆਂ, ਕਿਸੇ ਮੂੰਹ ਦਾ ਪੁਰਸਾ ਦਿੱਤਾ, ਮੇਰੇ ਜ਼ਿਹਨ ਨਹੀਂ ਸਵਾਲ ਆਇਆ। ਮੈਂ ਆ ਕੁਛ ਤਾਂ ਜੇਕਰ ਇਮਾਮ ਲੱਥੇ ਇੱਥੇ ਨੇ, ਫਿਰ ਕੁਛਾਂ ਵਾਲੀ ਜਾ ਤੱਕ 800 ਮੀਟਰ ਦਾ ਫਾਸਲਾ ਬਣਦਾ ਹੈ, ਤਕਰੀਬਨ 1.25 ਕਿਲੋਮੀਟਰ ਬਣਦਾ ਹੈ। ਮੈਂ ਆ ਕੁਛ ਤਾਂ ਜੀ, ਫਿਰ ਕੁਛਾਂ ਵਾਲੀ ਜਾ ਤੱਕ ਹੁਸੈਨ ਕਿਵੇਂ ਗਏ? ਨਹੀਂ ਆਇਆ ਉਹ ਬੰਦਾ ਜਿਹੜਾ ਹਾਏ ਨਹੀਂ ਕਰ ਸਕਿਆ। ਮੇਰੇ ਪਾਸ ਲੈ ਕੇ ਆ ਕੇ ਲੱਗੇ, ਮੇਰਾ ਪੁੱਤਰ ਇਸ ਜਾਤ ਤੋਂ ਲੈ ਕੇ ਕੁਸਣ ਵਾਲੀ ਜਾਤ ਆ ਕੇ ਹੁਸੈਨ ਨੂੰ 9 ਲੱਖ ਮਰਿਆ ਗਿਆ। ਕੋਈ ਤੀਰ ਮਰਿਆ ਹਾ, ਕੋਈ ਤਲਵਾਰ ਮਰਿਆ ਹਾ, ਕੋਈ ਨੇਜ਼ਾ ਮਰਿਆ ਹਾ, ਜਿਹਦੇ ਕੋਲ ਕਾਈ ਸ਼ਾਇਦ ਆਈ ਮਜ਼ਲੂਮ ਤੇ ਜ਼ਖਮਾਂ ਤੇ ਗਰਮ ਰੇਤ ਸਟੇਦਾ ਹੀ ਇੱਕ ਭੈ ਆਈ ਜਿਹੜੀ ਆਦੀ ਆਈ, ਨਾ ਮਾਰੋ ਮੇਰੀ ਮਾਂ ਚੱਕੀਆਂ ਪੀ। ਸਦਕੇ 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 ਮੈਂ ਕਰੰਟ ਛੋੜਦਾ ਪਿਆ, ਮੇਰਾ ਬਾਈ ਨੂੰ ਥੋੜ੍ਹਾ ਜਿਹਾ ਸੈੱਟ ਕਰਕੇ ਰੱਖ, ਥੋੜ੍ਹਾ ਇਹਦਾ ਮੈਕ ਵੀ ਖੋਲ ਦੇ ਤਾਂ ਕਰੰਟ ਵੀ ਠੀਕ ਕਰ, ਮੈਂ ਆਸਾਨੀ ਨਾਲ 2 ਵਜੇ ਕਰ ਲਵਾਂ। ਲਹਿ ਬੈਠੇ ਅਕਬਰ ਦਾ ਦੱਸ ਬਾਬਾ, ਦਰਵਾਜ਼ੇ ਸਿਦਰਤੁਲ ਮੁੰਤਹਾ ਤੱਕ ਇਮਾਮ ਨੂੰ 9 ਲੱਖ ਮਰੇ ਦਾ ਗਿਆ। ਸਾਈ ਕੱਢ ਲਈ ਨੇ, ਹੁਣ ਜੁਮਲਾ ਸੁਣੇ,
دروازہ سدرت المنتہا تک لہنری جاتو دروازہ سدرت المنتہا تک امام نو 900,000 مارے ہے آج سواں دروازہ سدرت المنتہا تو لے کے پھر زربالی جا تک حسین کیویں گیا ہے کر دیو برداشت دساں دروازہ سدرت المنتہا تو لے کے زربالی جا تک میں نہیں پڑھدا اللہ جانے شمار حسین نو کے ملا شمر اس کبھی نے خنجر چایا پتھر چایا خنجر نو پتھر دے نال کنڈا کیتا تے اکبر دے بابے دی کنڈ پچھے آ کھڑے اس اپنی آمد ایو جی اطلاع دیتی ہے مظلوم دا سجا رخسار مٹی دے والے آدھے جاگ میں آ گیا امام سچ آ گیا دن میں پاکے میرا قاتل تو ہے تے مارنا ہے میں مری بنے میرے چھڑاونا نہ کوئی نہیں جنہ چھڑاونا ہی او دیکھ من دریا تے سب گئے فرمایا سائیاں کٹ کٹ کے مارے میں حجت تمام کرنی ہے میں مارنی ہے غربت دی حقل میری غربت دی حقل سن کے نبی آسن ملائک آسن قرآن جنت آسن فرمایا ہر کے آونے جی میں میری پیاری دھی آونے ہے نا کوئی تو بیٹھے یا چھوٹی اولاد آلا فرمایا تے کر انہیں کدھر دیے شمر کن کی دیے مظلوم خیمے والے منہ کیتے ممبر دی قسم ہے جدا حسین بادشاہ نے غربت دی حقل دیتی ہے نا معصوما بھج پئی ہے برقع پا کے دور پہ حیوان دے نیڑے آئی آ گئی اللہ دے حیوان میں اڑا دو میں حسین بادشاہ دی دھیا حیوان اپنی گولی چ بول گیا دے ہٹ ونجو را دیو اے اپنے دور دی بتول کدا شامیاں تے کوفیاں چاہیے بس ہو گئی تو مہید اے دھائی مہین تیرے حوالے کرا شامیاں تے کوفیاں چاہیے راشت نہ ڈھیر آئی چند قدم چیندی آئی وقت مٹی تے جھڑ پوندی آئی تے زمین تے جھڑدی آئی شامی تے کوفی ہس ہس گیا دی جڑی جان پوندی اے ایو اکبر دی چھوٹی بھائی چوتھی دفعہ جھڑی تے راہ بھول گئی ایک ویری سجے ڈٹھے ایک ویری کھپے ڈٹھے ایک سفید ری شامی دے سامنے آ کے دی یا شیخ حال رہتا بھی کہ دائیں میں اجڑی دا بابا ڈٹھے ہی کہ آکھے سر کہ دائیں میں اجڑی دا بابا ڈٹھے کہندی دی اے بی بی ا دی حسین دی دھیا اس بے غیرت دا ہاتھ ڈرا رہا ہے جس وقت میں آکھاں سبھی اصل جنا لے آوڑا اتھے ہی روکنا ہے میں نو وین دے قریب آوا دے ہونا بہ جاؤ اپنی اپنی جگہ تے بہ جاؤ میں نو 5 یا 7 منٹ دا جملہ پڑھا دے ہونا بس توجہ تو دی بیڑے والے پاسے رہے رومن واسطے دا آدھار آ دے سادات دی سال دی محنت دے کیونکہ ای آخری دن ہوندا ہے کہ بندے حسرت لے کے نہ جاویں میں زیادہ نہیں پڑھنا 5 منٹ پڑھنا یا 7 منٹ زیادہ پڑھنا ہے 5 یا 7 منٹ اپنی جگہ تے بہ کے مظلوم دی غربت دا جملہ سن او میں صدقے ہو جاواں جدا آخر میں حسین بادشاہ دی دھیا اس بے غیرت دا ہاتھ دراز ہوئے ہاتھ تلے آئے معصوم دے رخسار تے ہاتھ آئے بی بی ا دی مار تلی ائی ہن تڑاس میں گجڑی دا بابا کتھ بیٹھا ہے بس میں تے نیا درا نا گجرا لا لیا کہے ہاتھ دے نال راہ سمجھایا کہے منہ دے نال راہ سمجھایا تے دا پیو دے نیڑے آئی ہے رخسار زخمی آئے بس ہاتھ کھول دے جھوریا پھلا تے تھئی میں تیرے حوالے کرا سامنے آ گئی ہے بابا بابا سر جا دی ملن آئی حسین دی نال نہیں بولے کھپیو والا ہے بابا بابا میں سکینہ ہی کھڑیا حسین بادشاہ دھی نو کوئی جواب نہیں دیتا دھی سمجھے اوکھی آئیاں بابا بلیندا نہیں انہیں جھک دی پیو جو سر دے نال آ چکی ہے اکل مار جا دی بابا سر جا میں دریت میں تماچے ڈھڑ کے آئیاں جدا وقت بھی حسین دھی نال نہیں بولے ہو میرے حسرت مریا نگاہ وکھے میں دو ڈٹھیا ہے تیرا بے فضا دی آواز آئیے واپس والا زمین تے آ لگی ہے تیسرا قدم چائے ہولان جنہ دیوان کھل گئے چوتھا قدم چائے دی پئی آئی جبریل جلدی دلال تاج رہا ہے مجلوم نمو دلال جاد حسین اللہ پیا نہیں دھی بلا آواز آیا میری جنت پیدا دیئے اگر دھی رو دی ہوئی مل گئی او میرا عرش کھے پوچھیا ماتم کرنا تیرے مد وچ ماتم دے لے صدقے صدقے سارے 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 ہاتھ رکھو یار
ਸਾਰੇ ਸਰ ਤੇ ਹੱਥ ਰੱਖੋ ਉਹ ਜਿਹੜੇ ਹਲਕੇ ਦਿਮਾਗ ਵੀ ਹੋ ਕੀ ਇੰਨਾ ਹੀ ਹੈ ਜਿਵੇਂ ਇੱਕ ਦੋ ਪਾਸੇ ਪਾਣੀ ਆਉਂਦਾ ਹੈ ਆ ਵੀ ਐਵੇਂ ਬਾਬਾ ਬਾਬਾ ਇੱਦਾਂ ਕਿਉਂ ਮਰੇਂਦੇ ਨੇ ਸਈਆ ਦਾਦਾ ਇਸ ਵਾਸਤੇ ਮਰੇਂਦੇ ਜੋ ਮੈਂ ਬਤੂਲ ਦਾ ਪੁੱਤਰਾ ਆਦੀ ਬਾਬਾ ਮਾਰਾ ਨਾਲੇ ਕੌਣ ਸਈਆ ਦਾਦਾ ਮੁਸਲਮਾਨ ਰੋ ਕੇ ਆਦੀ ਉਹਦੇ ਡੋਰ ਮਨਾਇਆ ਅੱਜ ਦੇ ਮੁਸਲਮਾਨ ਨਾ ਰਹਾ ਅੱਜ ਅਧੀ ਤੇ ਪਿਓ ਦੀਆਂ ਗੱਲਾਂ ਪਈਆਂਦੀਆਂ ਹਨ ਜਾਂ ਉਹ ਜ਼ਾਲਿਮ ਆਇਆ ਜਿਸ ਅਰਜ਼ੀ ਹਲਾਇਆ ਫਰਜ਼ੀ ਹਲਾਇਆ ਜ਼ਾਲਿਮਾ ਦੇ ਹੁਸੈਨ ਜੀ ਨੂੰ ਤੂੰ ਤੁਰਦਾ ਹੈ ਜਾਂ ਮੈਂ ਟੋਰਾ ਸੈਯਦਾ ਦੇ ਜ਼ਾਲਿਮਾ ਮੇਰੇ ਸਾਹਮਣੇ ਮੇਰੀ ਧੀ ਨੂੰ ਝਿਣਕ ਨਾ ਦੇਵੇ ਅਕਲ ਮਾਰ ਜਾ ਦਿਲ ਮਫਜ਼ਾ ਜਲਦੀ ਆ ਮੇਰੀ ਧੀ ਨੂੰ ਘਿਰਵਾ ਜਾ ਇਸ ਅੰਦਾਜ਼ ਨਾਲ ਫਿਰਦਾ ਸਕੀਨਾ ਨੂੰ ਚਾਇਆ ਹੈ ਇਹਨੂੰ ਸ਼ਮਰ ਹਰਾਮ ਲਾ ਦੇ ਹੁਸੈਨ ਬਾਦਸ਼ਾਹ ਦੀਆਂ ਜ਼ੁਲਫਾਂ ਚ ਹੱਥ ਪਾਇਆ ਹੈ ਇਸ ਪਹਿਲੀ ਲੜਾ ਮੱਥੇ ਮਾਰੀਏ ਜਿੱਥੇ ਲਾਣਾ ਕਈ ਕਈ ਵਾਰ ਚੁੰਮਣਾ ਹੁਣ ਸੀਨਾ ਪਿਆਰਾ ਨਾ ਕਰੇ ਸੀਨਾ ਪਿਆਰਾ ਨਾ ਕਰੇ ਇਸ ਤਰੀਕੀ ਜਰਾ ਮਾਰੀਏ ਤੇ ਦੀਨ ਨਿੱਠਾ ਹੈ ਇਸ ਚੌਥੀ ਜਰਾ ਮਾਰੀਏ ਤੇ ਦੀਨ ਨਿੱਠਾ ਹੈ ਪੀਰ ਇਮਰਾਨ ਸ਼ਾਹ ਜੀ 6 ਜ਼ਰਬਾ ਚੱਲ ਗਈਆਂ ਜ਼ਖਮ ਹੁੰਦਾ ਹੈ ਪਰ ਖੂਨ ਬਹਿਰ ਨਹੀਂ ਆਉਂਦਾ ਸ਼ਿਮਰਾ ਦੇ ਹੁਸੈਨ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਮੈਂ ਜ਼ਰਬਾ ਮਰੇ ਨਾ ਜ਼ਖਮ ਹੁੰਦਾ ਹੈ ਖੂਨ ਨਹੀਂ ਆਉਂਦਾ ਸੈਯਦਾ ਦੇ ਜ਼ਾਲਿਮਾ ਕੰਨ ਕਰ ਮੈਂ ਤੈਨੂੰ ਵਜਾ ਦਾ ਸ਼ਾਮਾ ਸ਼ਮਰ ਕੰਨ ਕੀਤੀ ਹੈ ਮੇਰੀ ਗਰਦਨ ਤੂੰ ਹੱਥ ਜਾ ਉਹ ਮੇਰਾ ਕਾਤਿਲ ਥੱਕ ਵੀ ਹੈ ਇਹ ਜ਼ਾਲਿਮਾ ਦੇ ਹੁਸੈਨ ਤੇਰੇ ਨਾਲ ਕੋਈ ਹੋਰ ਵੀ ਕੁਸਦਾ ਪਏ ਸਯਾਦਾ ਦੇ ਜਦੋਂ ਜ਼ਰਬਾ ਮਰੇ ਤੇ ਮੇਰੀ ਮਾਂ ਦੇ ਹੱਥ ਤੇ ਰੋ ਰੋ ਕੇ ਆਦੀਏ ਝਲ ਝਲ ਮਾਰ ਸਰ ਤੇ ਮਾਦਮ ਦੇ ਪੁਰਸਾ ਅੱਲਾ ਜਾਣੇ ਨਾ ਵੀ ਧਰਮ ਚੱਲੀਏ ਸਕੀਨਾ ਬਾਬਾ ਕਿਵੇਂ ਛੁੜਾਈਏ ਉੱਥੇ ਆਈਏ ਜਿੱਥੇ ਜ਼ਾਲਿਮ ਜ਼ਰਬਾ ਬੈਠਾ ਮਰੇ ਦਾ ਕਾਤਲ ਦਾ ਹੱਥ ਨਾ ਪਜਾ ਦੀਏ ਹੈ ਜਿੱਥੋਂ ਜ਼ਾਲਿਮ ਤੋਂ ਪਿਆ ਇੱਥੋਂ ਵੀ ਦਾ ਨਾ ਨਾ ਬਹੁ ਹੱਥ ਮੇਦਾ ਲੈ ਆ ਮਲ ਦੀ ਸਵਾਰੀ ਸ਼ਾਲਾ ਦੁਨੀਆਂ ਦੇ ਜੈਗਾਮ ਵਿੱਚ ਹੈ ਨਾ ਕਰੇ ਜਦਾ ਮਾਸੂਮਾ ਪਿਓ ਦੇ ਗੱਲ ਦੇ ਖੰਜਰ ਚੱਲਦਾ ਬਿਠਾ ਜਲਦੀ ਦੇ ਨਾਲ ਸਿਮਰ ਦਾ ਖੰਜਰ ਨਾ ਪਿਆ ਮਨ ਬੇਸ਼ੱਕ ਖਲੋ ਕੇ ਸੁਣਨਾ ਸਿਮਰ ਦਾ ਖੰਜਰ ਨਾ ਪਿਆ ਉੱਚਾ ਵੇਣ ਚੜ ਗਿਆ ਦਿਆ ਹੱਥ ਕਾਢੇ ਮੈਂ ਪਿਓ ਦੀ ਬਿਸਮਿਲਾ ਕਰਾ ਲੈ ਆਓ ਮੌਲਾ ਦੀ ਸਵਾਰੀ ਲੈ ਆਓ ਮੌਲਾ ਦੀ ਸਵਾਰੀ ਇਹੋ ਜ਼ੁਲਜਨਾ ਜਦਾ ਬਾਗਾਂ ਢਲੀਆਂ ਹੋਈਆਂ ਅਲੀ ਦੀ ਧੀ ਦੇ ਖੇਮੇ ਦੇ ਕੋਲ ਗਈ ਹੈ ਮੇਰੀ ਸੈਣ ਪੁੱਛਦੀ ਆਈ ਦੱਸਾ ਜਦੋਂ ਮੇਰਾ ਫਿਰਾ ਲੱਥਾ ਹਾ ਕੋਈ ਗੱਲ ਹੀ ਕਰਦਾ ਹਾ ਮੁਰਦ ਜੀ ਜ਼ਿਆਦਾ ਹੀ ਉਹ ਕੁ ਜ਼ਿਆਦਾ ਹੀ ਮੈਂ ਲਹਿ ਗਿਆ ਹਾਂ ਮੇਰੀ ਮੁੱਕ ਗਈ ਹੈ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ